ਬੀਤੇ ਕਾਲਕਾਨਾ ਰੋਡ ਦੇ ਅਦਾਲਤ ਪੁਰ ਸੜਕ ਤੇ ਗੁਟਕਾ ਸਾਹਿਬ ਦੇ ਪੱਤਰਿਆਂ ਦੀ ਬੇਅਦਬੀ ਦੀ ਘਟਨਾ ਨੂੰ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਐਸਐਸਪੀ ਗੁਰਪ੍ਰੀਤ ਸਿੰਘ ਤੂਰ ਦੀ ਅਗਵਾਈ ਹੇਠ ਪੁਲਿਸ ਵੱਲੋਂ ਕੁਝ ਹੀ ਘੰਟਿਆਂ 'ਚ ਹੱਲ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਗੁਟਕਾ ਸਾਹਿਬ ਦੇ ਪੱਤਰਿਆਂ ਦੀ ਬੇਅਦਬੀ ਕਰਨ ਦੇ ਦੋਸ਼ ਹੇਠ ਬਲਜੀਤ ਸਿੰਘ ਪੁੱਤਰ ਬਲਕਾਰ ਸਿੰਘ ਪਿੰਡ ਮੋਚੋਵਾਲ ਨੂੰ ਕਾਬੂ ਕੀਤਾ ਗਿਆ ਹੈ, ਜੋ ਕਿ ਸ਼੍ਰੋਮਣੀ ਕਮੇਟੀ ਦਾ ਮੁਅੱਤਲ ਮੁਲਾਜ਼ਮ ਹੈ। ਗੁਰਦਾਸਪੁਰ 'ਚ DIG ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਦੋਸ਼ ਬਲਜੀਤ ਸਿੰਘ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ 'ਚ ਕੁਝ ਮਹੀਨੇ ਪਹਿਲਾਂ ਬਤੌਰ ਸਟੋਰ ਕੀਪਰ ਵਜੋਂ ਕੰਮ ਕਰਦਾ ਸੀ ਅਤੇ ਬਾਅਦ ਵਿੱਚ ਇਸ ਦੀ ਬਦਲੀ ਹਰਿਆਣਾ ਦੇ ਇੱਕ ਗੁਰਦੁਆਰੇ ਵਿੱਚ ਕਰ ਦਿੱਤੀ ਗਈ, ਜਿੱਥੇ ਕੁਝ ਕਾਰਨਾਂ ਕਰਕੇ ਇਸ ਨੂੰ ਸਸਪੈਂਡ ਕਰ ਦਿੱਤਾ ਗਿਆ। ਉੱਥੇ ਉਸ ਨੂੰ 7 ਮਹੀਨਿਆਂ ਦੀ ਤਨਖਾਹ ਨਹੀਂ ਦਿੱਤੀ, ਜਿਸ ਕਾਰਨ ਉਹ ਪਰੇਸ਼ਾਨ ਸੀ ਅਤੇ ਸ਼੍ਰੋਮਣੀ ਕਮੇਟੀ ਪ੍ਰਤੀ ਰੋਸ ਵਿੱਚ ਆਉਂਦਿਆਂ ਉਸਨੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ। ਇੱਥੇ ਐਵੇਂ ਦੱਸਣਾ ਬਣਦਾ ਹੈ ਕਿ ਦੋਸ਼ੀ ਬਲਜੀਤ ਸਿੰਘ ਘਟਨਾ ਨੂੰ ਅੰਜਾਮ ਦੇਣ ਮਗਰੋਂ ਸਿੱਖ ਆਗੂਆਂ ਦੇ ਰੋਸ ਪ੍ਰਦਰਸ਼ਨ ਵਿੱਚ ਵੀ ਸ਼ਾਮਲ ਹੋਇਆ, ਜਿੱਥੇ ਉਸ ਦੀਆਂ ਸ਼ੱਕੀ ਕਾਰਵਾਈਆਂ ਨੇ ਉਸ ਨੂੰ ਬੇਨਕਾਬ ਕਰ ਦਿੱਤਾ। ਕਲਾਨੌਰ ਦੇ ਵਿੱਚ ਕੱਲ੍ਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋ ਗਈ ਸੀ, ਜਿਸ ਦੇ ਬਾਰੇ ਤੁਸੀਂ ਸਾਰੇ ਅਵੇਅਰ ਹੋ। ਇਹਦੇ ਵਿੱਚ ਕੀ ਹੋਇਆ ਸੀ ਕਿ ਉੱਥੇ ਕਲਾਨੌਰ ਦੇ ਵਿੱਚ ਜੋ ਸ਼ਹਿਰ ਬਟਾਲੇ ਨੂੰ ਜਾਂਦੀ ਹੈ, ਰਸਤੇ 'ਤੇ ਇੱਕ ਆਦਮੀ ਦੇ ਘਰ ਦੇ ਸਾਹਮਣੇ ਗੁਟਕਾ ਸਾਹਿਬ ਦੇ ਕੁਛ ਪੰਨੇ ਕਿਸੇ ਨੇ ਪਾੜ ਕੇ ਸੁੱਟ ਦਿੱਤਾ ਸੀ, ਅਤੇ ਇਸ ਦੇ ਨਾਲ ਉਸ ਏਰੀਏ ਦੇ ਵਿੱਚ ਕਾਫੀ ਤਣਾਅ ਹੋ ਗਿਆ ਸੀ ਅਤੇ ਆਮ ਸੰਗਤ ਵੱਲੋਂ ਕਾਫੀ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਸੀ। ਪੁਲਿਸ ਨੂੰ ਜਦੋਂ ਪਤਾ ਲੱਗਿਆ, ਪੁਲਿਸ ਨੇ ਬਹੁਤ ਹੀ ਸੂਝਬੂਝ ਦੇ ਨਾਲ ਫੌਰੀ ਤੌਰ 'ਤੇ ਕਾਰਵਾਈ ਕਰਦੇ ਹੋਏ ਇਸ ਕੇਸ ਦੀ ਤਫਤੀਸ਼ ਸ਼ੁਰੂ ਕੀਤੀ, ਜਿਸ ਦੇ ਵਿੱਚ SSP ਸਾਹਿਬ ਆਪ ਸ਼ਾਮਿਲ ਹੋਏ, SPD ਸਾਹਿਬ ਸ਼ਾਮਿਲ ਹੋਏ ਅਤੇ ਹੋਰ ਅਫਸਰਾਂ ਦੀ ਇੱਕ SIT ਬਣਾਈ ਗਈ ਅਤੇ ਮਿਨਟ ਟੂ ਮਿਨਟ ਇਸ ਦੀ ਤਫਤੀਸ਼ ਅਮਲ ਦੇ ਵਿੱਚ ਲਿਆਂਦੀ ਗਈ, ਕਿਉਂਕਿ ਇਹ ਮਸਲਾ ਬਹੁਤ ਹੀ ਸੈਂਸਿਟਿਵ ਸੀ। ਅਤੇ ਤਫਤੀਸ਼ ਤੋਂ ਬਾਅਦ ਇਹ ਪਾਇਆ ਗਿਆ ਕਿ ਉਸੇ ਪਿੰਡ ਦੇ ਵਿੱਚ, ਉਸ ਜਿੱਥੇ ਇਹ ਮਤਲਬ ਪਲੇਸ ਆਫ ਅਕਰੈਂਸ ਸੀ, ਉਸ ਦੇ ਨਾਲ ਹੀ ਇਹਦਾ ਘਰ ਸੀ ਅਤੇ ਇਹ ਆਦਮੀ ਬਲਜੀਤ ਸਿੰਘ ਨਾਂ ਦਾ ਆਈਡੈਂਟੀਫਾਈ ਹੋਇਆ ਅਤੇ ਇਹ ਪੁਲਿਸ ਤਫਤੀਸ਼ ਦੇ ਵਿੱਚ ਕੱਲ੍ਹ ਸ਼ਾਮੀ ਹੀ ਡਿਟੈਕਟ ਹੋ ਗਿਆ ਅਤੇ ਅੱਜ ਸਵੇਰੇ ਇਸ ਦੀ ਗ੍ਰਿਫਤਾਰੀ ਹੋ ਗਈ ਹੈ। ਇਹਦਾ ਨਾਮ ਬਲਜੀਤ ਸਿੰਘ ਹੈ, ਉਮਰ ਤਕਰੀਬਨ 48 ਸਾਲ ਹੈ ਅਤੇ ਇਸ ਨੇ ਇਹਦਾ ਮੇਨ ਮੋਟਿਵ ਇਹ ਸੀ ਕਿ ਆਪਣੇ ਗੁਆਂਢੀ ਇੱਕ ਬਾਜ ਬਹਾਦੁਰ ਸਿੰਘ ਨੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਫਸਾਉਣਾ ਚਾਹੁੰਦਾ ਸੀ, ਕਿਉਂਕਿ ਉਸ ਉਹਨਾਂ ਦੇ ਨਾਲ ਇਸ ਦੀ ਲਾਗਤਬਾਜ਼ੀ ਸੀਗੀ ਜੀ, ਅਤੇ ਇਸ ਕਰਕੇ ਮਤਲਬ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। FIR ਪਹਿਲਾਂ ਹੀ ਦਰਜ ਹੋ ਗਿਆ ਸੀ, ਹੁਣ ਇਹਨਾਂ ਦੇ ਖਿਲਾਫ਼ ਕੋਰਟ ਦੇ ਵਿੱਚ ਮੁਕੱਦਮਾ ਚੱਲੇਗਾ। ਜਿੰਨ ਦੇ ਵਿੱਚ ਸੀਗੀ, ਜਿਸ ਤਰ੍ਹਾਂ ਇਹ ਕਹਿ ਰਿਹਾ ਹੈ। ਹਾਂਜੀ ਹਾਂਜੀ, ਜਿੰਨ ਦੇ ਵਿੱਚ ਜੀ ਦੇਖੋ, ਇਹ ਪਹਿਲਾਂ ਤਾਂ ਵੈਸੇ ਬੈਲੇ ਸੀਗਾ, ਲੇਕਿਨ ਬਾਅਦ ਵਿੱਚ ਇਹ ਸ਼੍ਰੋਮਣੀ ਕਮੇਟੀ ਦੇ ਵਿੱਚ ਇਹਨੂੰ ਕੋਈ ਛੋਟੀ ਮੋਟੀ ਨੌਕਰੀ ਮਿਲ ਗਈ ਸੀਗੀ, ਠੀਕ ਹੈ ਨਾ, ਲੇਕਿਨ ਮਤਲਬ ਇਹਦੀਆਂ ਆਦਤਾਂ ਖਰਾਬ ਹੋਣ ਕਰਕੇ ਉਹਨਾਂ ਨੇ ਕੱਢ ਦਿੱਤਾ ਸੀ, ਸਸਪੈਂਡ ਵਗੈਰਾ ਰਿਹਾ ਅਤੇ ਇਸ ਸੰਬੰਧ ਵਿੱਚ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਹੁਣ ਇਹਦਾ ਕੀ ਸਟੇਟਸ। ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਵੱਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਹੈ। ਔਰ ਮੈਂ ਸਮਝਣਾ ਕਿ ਇਹ ਲੋਕ ਵੱਧ ਅਮਨੀ ਪੈਦਾ ਕਰਕੇ ਤੇ ਆਪ ਹੀ ਜਾ ਕੇ ਧਰਨਿਆਂ ਵਿੱਚ ਬਹਿ ਜਾਂਦੇ ਨੇ। ਸੜਕ ਰੋਕੀ ਹੋਈ ਸੀ ਕੱਲ, ਬਹੁਤ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ, ਲੇਕਿਨ ਮੈਂ SSP ਦਾ, DC ਸਾਹਿਬ ਦਾ ਬਹੁਤ ਧੰਨਵਾਦ ਕਰਨਾ, ਪਿੰਡ ਦੀਆਂ 5 ਪੰਚਾਇਤਾਂ ਦਾ ਹੀ ਬੜਾ ਧੰਨਵਾਦ ਕਰਨਾ ਵਾ, ਰਕੀਤ ਸਿੰਘ ਪੱਡਾ ਜੀ ਦਾ ਧੰਨਵਾਦ ਕਰਨਾ, ਜਿਨ੍ਹਾਂ ਨੇ ਮਿਹਨਤ ਕਰਕੇ ਸਾਰੀ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਰਹੇ ਔਰ ਲੋਕਾਂ ਤੱਕ ਰਾਬਤਾ ਕੀਤਾ ਔਰ ਆ 8 ਪੈਰਾਂ ਦੇ ਵਿੱਚ ਹੀ ਜਿਹੜਾ ਦੋਸ਼ੀ ਹੈ ਉਹ ਸਾਹਮਣੇ ਆ ਗਿਆ ਵਾ। ਕਲਾਨੌਰ ਤੋਂ ਰਾਜਨ ਸ਼ਰਮਾ ਅਤੇ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ, ਪੰਜਾਬ ਟੁਡੇ।